ਤੁਸੀਂ ਆਏ ਹੋ ਜਿਹੜੇ ਬੰਦੇ ਨਾਲ ਸੁਣਨਾ ਧਿਆਨ ਨਾਲ 12 ਲੱਖ ਦਾ ਵਿੱਧਰ ਕੋਟ ਦੱਸਤਾ ਹੁਣ ਆ ਜਾਓ ਅੱਗੇ ਹੈਗਾ 10 ਜਣੇ ਬਾਕੀ ਜਿਹੜੇ ਪੀੜਤ ਆਉਂਦੇ ਆ ਹੋਰ ਫੋਨ ਕੀਤੇ ਆ ਨੇੜੇ ਨੇੜੇ ਜਿਹੜਾ ਜਿੰਨਾਂ ਦਾ 10-10, 15-15 ਲੱਖ ਰੁਪਇਆ ਦੇਣਾ ਸਾਰਿਆਂ ਨੂੰ ਫੋਨ ਕੀਤਾ ਗਿਆ ਆਉਂਦੇ ਆ ਮੈਂ ਇੱਥੇ ਲੋਕਲ ਕਰਕੇ ਖੜ ਗਿਆ ਕੋਈ ਨੀ ਧਰਨਾ ਲਾਉਣਾ ਪਿਆ ਸਾਰੀ ਰਾਤ ਲਾਵਾਂਗੇ ਠੀਕ ਹੈ ਕੋਈ ਦਿੱਕਤ ਨਹੀਂ ਆਪਾਂ ਨੂੰ ਜੇ ਕੋਈ ਊਂ ਹਿਸਾਬ ਕਿਤਾਬ ਆਉਂਦੀ ਹੈ ਗੱਲ ਤਾਂ ਵਧੀਆ ਇੱਥੇ ਆਉਂਦਾ ਹੀ ਨਹੀਂ ਕੋਈ ਐਡਰੈਸ ਦੱਸੇ ਆਉਣ ਕੈਮਰਾ ਐਡਰੈਸ ਪੁੱਛੋ ਕਿੱਥੇ ਰਹਿੰਦਾ ਮੇਰੇ ਕੋਲ ਸਰ ਮੇਰੀ ਬੰਦ ਦੇ ਹਾਂਜੀ ਕਿੱਥੇ ਕਿੱਥੇ ਦੱਸੋ ਮੇਰੇ ਕੋਲ ਇੱਕ ਇੱਕ ਦੀ ਮੇਰੀ ਗੱਲ ਸੁਣੋ ਆਧਾਰ ਕਾਰਡ ਕੱਢੋ ਜੇਬ ਚੋਂ ਦਿਖਾਓ ਐਡਰੈਸ ਦਿਖਾਓ ਮੇਰਾ ਦੇਖਣਾ ਮੇਰਾ ਦੇਖੋ ਗੱਲ ਸੁਣੋ ਆਧਾਰ ਕਾਰਡ ਪਰਸਨ ਲੱਗ ਹੁੰਦਾ ਦਫ਼ਤਰ ਲੱਗ ਨਾ ਸੁਣੋ ਆਧਾਰ ਕਾਰਡ ਦਿਖਾਓ ਕੈਮਰੇ ਤੇ ਇੱਕ ਇੱਕ ਗੱਲ ਸੁਣੋ ਹਾਂਜੀ ਸਰ ਮੈਂ ਕੈਮਰੇ ਉੱਤੇ ਇੱਕ ਇੱਕ ਚੀਜ਼ ਦਾ ਜਵਾਬ ਦੇਊਂਗਾ ਇੱਕ ਇੱਕ ਮੇਰੀ ਗੱਲ ਸੁਣੋ ਅਸੀਂ ਪ੍ਰੈਸ ਕਰੋ ਨੇ ਸਾਰਾ ਕੁਝ ਰੱਖਿਆ ਮੈਂ ਤੁਸੀਂ ਰੱਖਿਆ ਮੈਂ ਤੁਹਾਨੂੰ ਹਰ ਚੀਜ਼ ਦਾ ਜਵਾਬ ਦਿੰਦਾ ਕੱਲੀ ਕੱਲੀ ਇੱਕ ਇੱਕ ਚੀਜ਼ ਦਾ ਜਵਾਬ ਤੁਹਾਨੂੰ ਮਿਲੂਗਾ ਕੋਰਟ ਦੀ ਕਾਰਵਾਈ ਚ ਮੈਨੂੰ ਕਹਿੰਦੇ ਐਡਰੈਸ ਦੱਸੇ ਬੰਦੇ ਦਾ ਕੀ ਹੈ ਕਰਨਵੀਰ ਸਿੰਘ ਬਾਈ ਜਨਵਰੀ 2023 ਚ 1 ਜਨਵਰੀ 2023 ਨੂੰ ਬਠਿੰਡੇ ਪਾਰਕ ਦੇ ਸਾਹਮਣੇ ਕਿਸਾਨ ਹੱਟ ਕੀਤਾ ਸੀਗਾ ਬਠਿੰਡੇ ਹਾਂਜੀ 12 ਲੱਖ ਰੁਪਇਆ ਇਹ ਬੰਦੇ ਨੂੰ ਦਿੱਤਾ ਸੀਗਾ ਕਿਸਾਨ ਹੱਟ ਕਰਨ ਲਈ ਇਹਨੇ ਕਿਹਾ ਸੀ ਵੀ ਤੁਹਾਡੇ ਸ਼ੋਰੂਮ ਦਾ ਰੈਂਟ ਅਸੀਂ ਭਰਾਂਗੇ ਵਰਕਰਾਂ ਨੂੰ ਤਨਖਾਹ ਦੇਵਾਂਗੇ ਇਲੈਕਟ੍ਰੀਸਿਟੀ ਬਿੱਲ ਭਰਾਂਗੇ 1 ਲੱਖ ਰੁਪਈਏ ਦੇ ਨੇੜੇ ਤੇੜ ਖਰਚਾ ਸੀਗਾ ਸ਼ੋਰੂਮ ਦਾ ਪਰ 2 ਮਹੀਨੇ ਬੰਦਾ ਉੱਥੇ ਗੇੜੇ ਦੇ ਕੇ ਯੂਟਿਊਬਰਾਂ ਨੂੰ ਲਿਆ ਕੇ ਵੀਡੀਓ ਬਣਾ ਕੇ ਵੀ ਆਪਦੀ ਬੱਲੇ ਬੱਲੇ ਕਰਕੇ ਉਦੋਂ ਬਾਅਦ ਬਾਤ ਨਹੀਂ ਪੁੱਛੀ ਉਹਨਾਂ ਦਾ ਕੋਈ ਕਸੂਰ ਨਹੀਂ ਬਾਈ ਜੀ ਉਹਨਾਂ ਦਾ ਕੀ ਕਸੂਰ ਆ ਬਾਈ ਉਹਦਾ ਮੇਰੇ ਵਰਗਾ ਬੰਦਾ ਹੈਗਾ ਜਿਹਨੇ ਪੈਸੇ ਲਾ ਕੇ ਬਿਜ਼ਨਸ ਕੀਤਾ ਇਸ ਚੀਜ਼ ਦੀ ਬਦਨਾਮੀ ਨਹੀਂ ਅਸੀਂ ਕਰਦੇ ਅਸੀਂ ਆਹ ਮਖੌਟੇ ਦੀ ਬਦਨਾਮੀ ਕਰਦੇ ਹਾਂ ਜਿਹੜਾ ਠੱਗੀਆਂ ਮਾਰਦਾ ਮੇਰੇ ਕੋਲੇ ਦੇਖੋ ਲਿਸਟਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਇੰਨੇ ਲੋਕਾਂ ਦੇ ਵਿੱਚ ਖੜਾ ਸੁਣੋ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਨੂੰ ਕਹਿੰਦਾ ਬਈ ਮੇਰੇ ਕੋਲ ਰਿਕਾਰਡ ਹੈ ਠੀਕ ਹੈ ਮੇਰੇ ਕੋਲ ਰਿਕਾਰਡ ਹੈ ਜੇਕਰ ਮੈਂ ਕਿਸੇ ਗੱਲ 'ਚ ਪਿੱਛੇ ਹਟਿਆ ਜਾਂ ਮੈਂ ਮਤਲਬ ਕਿਸੇ ਗੱਲ ਦੇ ਵਿੱਚ ਗਲਤ ਹੋਇਆ ਤਾਂ ਤੁਹਾਡੇ ਸਾਰਿਆਂ ਕੋਲੋਂ ਮਾਫ਼ੀ ਮੰਗੂੰਗਾ ਪਹਿਲੀ ਗੱਲ ਠੀਕ ਹੈ ਠੀਕ ਹੈ ਕਿਸੇ ਦੇ ਖਿਲਾਫ਼ ਨਾਅਰੇ ਲਾ ਕੇ ਲੋਕਾਂ ਨੂੰ ਭੜਕਾ ਕੇ ਇਕੱਠਾ ਕਰਕੇ ਮਤਲਬ ਤੁਸੀਂ ਬਿਜ਼ਨਸਮੈਨ ਜਿਹੜਾ ਹੁੰਦਾ ਨਾ ਬਿਜ਼ਨਸਮੈਨ ਕਹਿੰਦੇ ਹੁੰਦੇ ਪੰਜਾਬੀ ਦੀ ਕਹਾਵਤ ਆ ਲੱਜਮ ਰਹਿੰਦਾ ਅੰਦਰ ਵੜਿਆ ਅਤੇ ਮੂਰਖ ਆਖੇ ਮੈਂ ਸੁਣ ਰਿਹਾ ਮੈਂ ਵਰਡ ਬੋਲ ਰਿਹਾ ਠੀਕ ਹੈ ਤੁਸੀਂ ਕਹਿੰਦੇ ਮੈਂ ਲੱਖੇ ਸਿਧਾਨ ਦਾ ਨਹੀਂ ਬਾਈ ਲੱਖੇ ਸਿਧਾਨ ਦਾ ਕੋਈ ਬੰਦਾ ਨਹੀਂ ਦੇਖੋ ਤੁਸੀਂ ਆਹ ਚੈੱਕ ਤੁਹਾਡੇ
ਚਾਹੀਦਾ ਮੈਂ ਪੈਸੇ ਲੈਣੇ ਆ ਤੁਸੀਂ ਤੋਂ ਪੈਸੇ ਲਓਗੇ ਰੁਕੋ ਰੁਕੋ ਯਾਰ ਤੁਸੀਂ ਪੈਸੇ ਲੈਣੇ ਆ ਇੱਕ ਗੱਲ ਸੁਣੋ ਅੱਜ ਦੇਖੋ ਕੁਦਰਤੀ ਗੱਲ ਆ ਤੁਸੀਂ ਆਏ ਹੋ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਾ ਵੇਦਰ ਕੋਡ ਦਿੰਦਾ ਠੀਕ ਆ ਸਰ ਕੋਈ ਗੱਲ ਨਹੀਂ ਕੋਈ ਨਾ ਕੋਈ ਕਰ ਜਾਂਦਾ ਲੱਖੇ ਲੁੱਕੇ ਦਾ ਨਾ ਕੁੱਝ ਲਵਾ ਕੋਈ ਬੰਦਾ ਨਹੀਂ ਲੱਖੇ ਦਾ ਜੇ ਫੋਟੋ ਕਰ ਨਹੀਂ ਕੋਈ ਕੋਈ ਲੱਖੇ ਦਾ ਨਹੀਂ ਕੋਈ ਇੱਕਦਮ ਸਿੱਧੀ ਗੱਲ ਕਰੋ ਐਵੇਂ ਬਿੱਲ ਵੱਲ ਨਾ ਪਾਓ ਗੱਲ ਜੇ ਲੱਖੇ ਦਾ ਨਾ ਲਿਆ ਨਹੀਂ ਤੁਸੀਂ ਗੱਲ ਕਲੀਅਰ ਕਰੋ ਸਰ ਜੇ ਤੂੰ ਦੇਣਾ ਦਿਓ ਜੇ ਕੋਈ ਲੈਣਾ ਲਓ ਵੀਰ ਜੀ ਸੁਣੋ ਮੇਰੀ ਸੁਣਤਾ ਲਓ ਇਹ ਨਹੀਂ ਹੁੰਦਾ ਉਹ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੁਣੋ ਤੁਹਾਨੂੰ ਕਹਿੰਦੇ ਇੱਕ ਵਾਰੀ ਨਾ ਗੋਸ਼ਟੀ ਹੋਣ ਲੱਗੀ ਸੁਣ ਕਹਾਵਤਾਂ ਨਹੀਂ ਪਾਉਣੀਆਂ ਗੱਲਾਂ ਕਹਾਵਤਾਂ ਨਹੀਂ ਸੁਣੋ ਗੱਲ ਜਵਾਬ ਦਰਬਾਨੀ ਨੇ ਦੇ ਕੇ ਤਰਕ ਇਹ ਆਈ ਤਾਂ ਬੰਦੇ ਹੋ ਜਾਂਦੇ ਨੇ ਤਾਂ ਤਰਕ ਦਿੱਤੇ ਤਾਂ ਜਵਾਬ ਹੀ ਦੇ ਰਿਹਾ ਸੁਣੋ ਤੁਸੀਂ ਇਹਨੇ ਬੰਦੇ ਸੁਣਦੇ ਸੁਣੋ ਸੁਣੋ ਗੱਲ ਹਾਂ ਇਹਦੇ ਵਿੱਚ ਕੀ ਲਿਖਿਆ ਰੋਕ ਲਿਆ ਜੀ ਰੋਕ ਲਿਆ ਲਿਖਿਆ ਦੇ ਵਿੱਚ ਪਤਾ ਕੀ ਆ ਆਹ ਵੇਖੋ ਆਹ ਕਰਨਵੀਰ ਸਿੰਘ ਆਹ ਵੇਖੋ ਜੀ ਆਹ ਫੋਟੋ ਆਹ ਕਰਨਵੀਰ ਦੀ ਵਿੱਚ ਆਈ ਨਹੀਂ ਆਹ ਕਰਨਵੀਰ ਦੀ ਵਿੱਚ ਫੋਟੋ ਆਈ ਨਹੀਂ ਮੈਂ ਤੁਹਾਨੂੰ ਕਰਨਵੀਰ ਦਾ ਮੈਸੇਜ ਵਿਖਾਉਣਾ ਇਸੇ ਬੰਦੇ ਦਾ ਰੁਕੋ ਇਹ ਕੁਦਰਤੀ ਬਹੁਤ ਵਧੀਆ ਹੋਇਆ ਜਦੋਂ ਨਾ ਕਹਿੰਦੇ ਇਹ ਆਹ ਦੇਖੋ ਇਹ ਇੱਧਰ ਨਾਲ ਇੱਧਰ ਵੀ ਲਾ ਦਿਓ ਨਾਲ ਇਹ ਆਹ ਵੇਖੋ ਜੀ ਆਹ ਫੋਟੋ ਕਿਹੜੇ ਬੰਦੇ ਦੀ ਹੈ ਜੀ ਆਹ ਵੇਖੋ ਬੁਲਾਓ ਸਾਰਿਆਂ ਨੂੰ ਆਹ ਕੀ ਨਾਂ ਜੀ ਬੋਲੋ ਰਣਵੀਰ ਸਿੰਘ ਬੋਲੋ ਪੱਤਰਕਾਰ ਸਾਹਿਬ ਰਣਵੀਰ ਸਿੰਘ ਕਰਨ ਕੀ ਲਿਖਿਆ ਜੀ ਆਹ ਥੱਲੇ ਪੜ੍ਹ ਕੇ ਵਿਖਾਓ ਪੱਤਰਕਾਰ ਸਾਹਿਬ ਕੀ ਲਿਖਿਆ ਇਹਨੇ ਖਾਲਸਾ ਜੀ ਟੋਟਲ ਸਮਾਨ ਸਾਡੇ ਕੋਲ ਅਜੇ ਤੱਕ 9 ਲੱਖ ਤੋਂ ਥੱਲੇ ਦਾ ਜਿਵੇਂ ਕਿ ਅਸੀਂ 16 ਲੱਖ ਦੇ ਕਰੀਬ ਕਿਹਾ ਗਿਆ ਸੀ ਹੁਣ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਤਰ੍ਹਾਂ ਇਸ ਵਾਰ ਰਾਸ਼ਨ ਦੇਣਾ ਹੈ ਅਤੇ ਤਨਖਾਹ ਕਦੋਂ ਮਿਲਣੀ ਇਹ ਤੁਹਾਡਾ ਹੀ ਆ ਭਾਈ ਦੇਖੋ ਆ ਮੈਸੇਜ ਤੁਹਾਡਾ ਹੀ ਆ ਲੋੜ ਹੀ ਦੱਸਣ ਦੀ ਮੇਰਾ ਹੀ ਆ ਜੀ ਕੀ ਚੱਕਰ ਇਹ ਕਿੰਨੇ ਲੱਖ ਲਿਖਿਆ ਨਹੀਂ ਵੀ ਸੁਣੋ ਕੋਈ ਨਹੀਂ ਕਰੋ ਗੱਲ ਕਿੰਨੇ ਲੱਖ ਲਿਖਿਆ ਚਲੋ ਕਰ ਤੁਸੀਂ ਕੋਈ ਗੱਲ 9 ਲੱਖ ਲਿਖਿਆ ਜੀ ਇਹ ਜਿਹੜੇ ਰੈਕ ਲਾਏ ਸੀ ਪੁੱਛਣ ਤੋਂ ਰੈਕ ਲਾਏ ਉਹ ਕਿਹਨੇ ਲਾਏ ਸੀ ਜਵਾਬ ਦਿੰਦਾ ਰੈਕ ਕੀਤੇ ਸੀ ਭਾਈ ਰੈਕ ਇਹਨਾਂ ਨੇ ਭੇਜੇ ਸੀ ਕੁਛ ਮੈਂ ਲੈ ਕੇ ਆਇਆ ਸੀ ਗੋਨਿਆਂ ਨੇ ਤੇ ਜਾ ਕੇ 65,000 ਰੁਪਏ ਦੇ ਮੇਰੀ ਗੱਲ ਸੁਣੋ ਉਹ ਪੈਸੇ ਮੇਰੇ ਖਾਤੇ ਵਿੱਚ ਪਾਏ ਇਸ ਤਰ੍ਹਾਂ ਹਿਸਾਬ ਕਿਤਾਬ ਦਾ ਮਸਲਾ ਹੀ ਨਹੀਂ ਗੱਲ ਕਰਦਾ ਨਹੀਂ ਵੇ ਤਮਾ ਵੀ ਤੁਸੀਂ ਖਰੇ ਉਤਰੇ ਹੋ ਮੈਂ ਤੁਸੀਂ ਦੱਸੋ ਖਰੇ ਵਾਲੀ ਗੱਲ ਮੈਂ ਤੇਰਾ ਹਿਸਾਬ ਮੇਰੀ ਦੱਸੋ ਕੱਲ ਇਹ ਇੱਥੇ ਆਇਆ ਸੀਗਾ ਜੀ ਸਾਨੂੰ ਪਤਾ ਲੱਗ ਗਿਆ ਬੀਬੀ ਵਾਲਾ ਚੌਂਕ 'ਚ ਅਸੀਂ ਇਕੱਠੇ ਹੋ ਗਏ ਜੀ ਗੱਡੀ ਮੂਰੇ ਗੱਡੀ ਲਾ ਕੇ ਰੋਕ ਲਈ ਜੀ ਆਉਣ ਕੈਮਰਾ ਸੀ ਸਾਰੀ ਗੱਲਬਾਤ ਸ਼ੁਰੂ ਕਰ ਲਈ ਜੀ ਪੱਤਰਕਾਰ ਵੀ ਸੀਗੇ ਮੌਕੇ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਜਿੰਨੀ ਗੱਲਬਾਤ ਹੋਈ ਚਲੋ ਪਤਾ ਲੱਗਿਆ ਬਾਅਦ 'ਚ ਅਸੀਂ ਇੱਥੇ ਸੂਚਿਤ ਕੀਤਾ ਜੀ ਥਾਣੇ ਜਾ ਕੇ ਇੱਥੇ ਲੈ ਆਏ ਇੱਥੋਂ ਫਿਰ ਜਿਹੜੀ ਕੋਈ ਬਣਦੀ ਕਾਰਵਾਈ ਇਹਨਾਂ ਨੇ ਕਰਤੀ ਜੀ ਕਈ ਕੇਸਾਂ 'ਚ ਭਗੌੜਾ ਜੀ ਪੀ ਓ ਸੀਗਾ ਚੰਡੀਗੜ੍ਹ ਪੁਲਿਸ ਨੂੰ ਲੈ ਕੇ ਗਈ ਹੈ ਜੀ